ਸਾਰੇ ਪਿਆਰ ਵੀ ਸਤਿ ਸ਼੍ਰੀ ਅਕਾਲ ਅਤੇ ਗਾਣਾ ਰਿਲੀਜ਼ ਸ਼ਾਮਾਂ ਨੂੰ ਮਿਲਣਾ 7 ਵਜੇ 6 ਵਜੇ 6 ਵਜੇ 27 ਤਰੀਕ ਆ ਅਤੇ ਬਲਟਾਰਾ ਦੇ ਕਸੇ ਦਾ ਆਫਿਸ ਆਏ ਜੀ ਅਸੀਂ ਅੱਜ ਅਤੇ ਇੱਕੋ ਦਫ਼ਤਰ ਇੱਕੋ ਮਾਲਕ ਸੋ ਮਾਨਸਾ ਸਾਹਿਬ ਦਾ ਥੈਂਕ ਯੂ ਅਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਜ਼ਿਆਦਾ ਪਿਆਰ ਦੇ ਲਈ ਸੋ ਬਾਕੀ ਟਰੈਕ ਸਾਹਿਬ ਦਾ ਹਾਰ ਸ਼ਿੰਗਾਰ ਹੋ ਰਿਹਾ ਇੱਥੇ ਮੇਕਅਪ ਬਹੁਤ ਜ਼ਿਆਦਾ ਲੱਗਦਾ ਮਹਿੰਗੇ ਪੈਂਦੇ ਕਿਉਂਕਿ ਇੱਥੇ ਵੀ ਕਰਨਾ ਪੈਂਦਾ ਸੋ ਤਾਂ ਕਰਕੇ ਆਈ ਲਵ ਯੂ ਜ਼ਰੂਰ ਹੈ ਸੋ ਥੈਂਕ ਯੂ ਸੋ ਮਚ ਗਾਈਸ ਸੋ ਇੱਦਾਂ ਨਹੀਂ ਹੁਣ ਗੱਲਬਾਤ ਯੂਟਿਊਬ ਤੇ ਜਾਓ ਜਿੱਥੇ ਜਿੱਥੇ ਤੁਹਾਡਾ ਜਿੱਤ ਮਾਨਦਾ ਜਿੱਥੇ ਜਿੱਥੇ ਤੁਹਾਨੂੰ ਫਿੱਟ ਲੱਗਦਾ ਠੀਕ ਲੱਗਦਾ ਜਾ ਕੇ ਖਾਣਾ ਸੁਣੋ ਤੇ ਵੇਖੋ ਅਤੇ ਆਪਣੇ ਕਮੈਂਟ ਜ਼ਰੂਰ ਦਿਓ ਤੁਹਾਡਾ ਬਹੁਤ ਬਹੁਤ ਥੈਂਕ ਯੂ ਟੈਂਸ਼ਨ ਹੈ ਪ੍ਰਮੋਸ਼ਨਾਂ 'ਤੇ ਅਤੇ ਕੱਲ੍ਹ ਜਾਓਗੇ ਬੰਬੇ ਥੈਂਕ ਯੂ ਅਤੇ ਆਪਣਾ DM ਦਾ ਜਿਹੜਾ ਯੂਟਿਊਬ ਚੈਨਲ ਆ ਪਲੀਜ਼ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਜਿੱਥੇ ਵੀਡੀਓ ਹੋਊਗਾ ਹਾਂਜੀ ਗਾਈਜ਼ ਅੱਜ ਪਹੁੰਚ ਚੁੱਕੇ ਹਾਂ ਆਪਾਂ ਦਿੱਲੀ ਹੱਥ ਚੋਂ ਮੇਰੀ ਰੇਡੀਓਜ਼ ਇੰਟਰਵਿਊਜ਼ ਲਈ ਸੋ ਬੀ ਰੈਡੀ ਗਾਈਜ਼ ਔਰ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਯਾਰ ਗਾਣੇ ਸੋ ਐਕਸਾਈਟਡ ਮੱਥਾ ਚੁੰਮਿਆ ਪਹਿਲਾਂ ਜਾਂ ਹੱਥ ਚੁੰਮੇ ਤੇਰੇ ਤੇਰੇ ਬੁੱਲਾਂ ਦੀ ਤਾਰੀਫ ਪੱਕਾ ਕੀਤੀ ਹੋਣੀ ਤੇਰੇ ਜਨਮ ਵਿੱਚ ਲਾਇਆ ਸਾਂ ਖੇਲ ਰਚਾ ਕੇ ਭੇਜੇ ਮੈਨੂੰ ਤੂੰ ਬਣਾ ਕੇ ਭੇਜੇ ਤੈਨੂੰ ਮੈਂ ਬਣਾ ਕੇ ਭੇਜੇ ਵੇ ਫਿਰ ਤੈਨੂੰ ਪਤਾ ਲੱਗਣਾ ਬੰਦਾ ਨਹੀਂ ਕਹੂੰਗਾ ਮੈਂ ਕਾਰਖਾਨਾ ਕਹੂੰਗਾ ਹਿੱਟ ਗਾਣੇ ਆਪ ਇੰਡੀਆ ਦੇ ਨਿਕਾਲਦੇ ਰਹਿੰਦੇ ਵੈਸੇ
और वैसे ये पहली बार हो रहा है कि अभी यहाँ पर इन्होंने 24 घंटे भी नहीं हुए हैं, इन्होंने अपना गाना रिलीज करा है और यहाँ पर ये अपने गाने की वीडियो के ऊपर ही रिएक्शन देने वाले हैं। ਸਾਡਾ ਪਲਾਨ ਸੀ ਨਹੀਂ ਰਿਲੀਜ਼ ਕਰਨਾ ਤੇ ਕਿਉਂਕਿ ਮੈਨੂੰ ਲੱਗਦਾ ਸੀ ਬਹੁਤ ਡਾਇਰੈਕਟ ਵਰਡਸ ਯੂਜ਼ ਕੀਤੇ ਆ ਇਹਦੇ ਚ ਨਾ, ਪਤਾ ਨਹੀਂ ਐਕਸੈਪਟੇਬਲ ਹੈ ਕਿ ਨਹੀਂ ਹਨ ਗੱਲਾਂ ਤਾਂ, ਪਰ ਉਹ ਨੀ ਜਿਹੜੀਆਂ ਬੰਦਾ ਕਹਿੰਦਾ ਨੀ ਆ, ਪਰ ਲਫ਼ਜ਼ ਦਾ ਆਪਾਂ ਆਪਣੀ ਨੋਰਮਲ ਗੱਲਾਂ ਚ ਤਾਂ ਹੀ ਯੂਜ਼ ਕਰਦੇ ਹਾਂ ਹਨਾ। ਤੇ ਮੈਂ ਕਿਉਂ ਫਿਰ ਮੈਂ ਘੁੰਮ ਘੁੰਮਾ ਕੇ ਇੱਧਰੋਂ ਕੰਨ ਫੜਾ ਗਾਣੇ ਦੇ ਉੱਧਰੋਂ, ਮੈਂ ਸਿੱਧੀ ਗੱਲ ਜਿਹੜੀ ਹੁੰਦੀ ਆ ਨਾ ਵੀ ਸਿੱਧੀ ਗੱਲ ਵੀ ਇੱਕ ਪੋਇਟਿਕ ਵੇ ਨਾਲ ਹਨਾ, ਉਹ ਜ਼ਰੂਰੀ ਸੀਗਾ। ਸ਼ਕਲੋਂ ਮਾਸੂਮ ਅਕਲਦਿਆਂ ਕੱਚਿਆਂ ਨੂੰ, ਦਿੰਦੀ ਫਿਰਦੀ ਸਲਾਹਾਂ ਮੈਂ ਛੋਟੇ ਛੋਟੇ ਬੱਚਿਆਂ ਨੂੰ, ਕਿ ਟੁੱਟੀ ਹੋਈ ਗੱਲ ਵਾਲੀ ਗਾਨੀ ਨਹੀਂ ਬਣਨਾ, ਬੰਦਾ ਜਿੱਦਾਂ ਦਾ ਵੀ ਬਣੀ ਪਰ ਜਾਨੀ ਨਹੀਂ। ਕੀ ਬਾਤ ਕੀ ਬਾਤ।